ਅਸ਼ਵਧਾਨ ਦੀ ਪੰਡ ਦਾ ਕਹਿਣਾ ਹੈ ਕਿ ਉਹ ਜਾਂਚ ਦੇ ਵਿੱਚ ਸਹਿਯੋਗ ਕਰ ਰਹੇ ਨੇ ਜੋ ਵੀ ਪੱਖ ਸਾਹਮਣੇ ਆਉਣਗੇ ਜੋ ਵੀ ਤੱਤ ਸਾਹਮਣੇ ਆਉਣਗੇ ਤਾਂ ਉਹ ਪੁਲਿਸ ਅਕੇ ਰੱਖਣਗੇ ਅਗੇ ਵਧਾਂਗੇ ਪੰਜਾਬ ਦੇ ਵਿੱਚ ਹੁਣ ਪੁਲਿਸ ਵੀ ਸੁਰੱਖਿਤ ਨਹੀਂ ਹੈ ਜੀ ਹਾਂ ਤਾਜ਼ਾ ਮਾਮਲਾ ਜੋ ਲੁਧਿਆਣਾ ਸਾਹਮਣੇ ਆਇਆ ਹੈ ਲੁਧਿਆਣਾ ਚ ਸੱਬ ਇੰਸਪੈਕਟਰ ਦਾ ਮੋਟਰਸਾਈਕਲ ਚੋਰੀ ਹੋ ਗਿਆ ਸਤਲੁਜ ਕਲੱਬ ਦੇ ਬਾਹਰੋਂ ਹੀ ਚੋਰਾਂ ਨੇ ਮੋਟਰਸਾਈਕਲ ਗਾਇਬ ਕਰ ਲਈ ਜੀ ਹਾਂ ਚਾਬੀ ਹੱਥ ਦੇ ਵਿੱਚ ਲੈ ਕੇ ਮੋਟਰਸਾਈਕਲ ਲੁੱਟਦਾ ਰਿਹਾ ਪੁਲਿਸ ਇੰਸਪੈਕਟਰ ਇੰਨਾ ਹੀ ਨਹੀਂ ਖੁਦ ਹੀ ਥਾਣੇ ਜਾ ਕੇ ਮੋਟਰਸਾਈਕਲ ਚੋਰੀ ਹੋਣ ਦੀ ਰਿਪੋਰਟ ਵੀ ਲਿਖੀ। ਸੋ ਆਗੇ ਹੀ ਅਜਿਹੇ ਮਾਮਲੇ ਹੈਰਾਨ ਕਰ ਦੇਣ ਵਾਲੇ ਹੁੰਦੇ ਨੇ ਔਰ ਪਰੇਸ਼ਾਨ ਕਰ ਦੇਣ ਵਾਲਾ ਹੈ ਮਾਮਲਾ ਹੁਣ ਲੁਧਿਆਣਾ ਤੋਂ ਸਾਹਮਣੇ ਹੈ ਜਿੱਥੇ ਕਿ ਸਮਝਿਆ ਜਾ ਸਕਦਾ ਹੈ ਕਿ ਪੰਜਾਬ 'ਚ ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਪੁਲਿਸ ਵੀ ਸੁਰੱਖਿਅਤ ਨਹੀਂ ਹੈ। ਲੁਧਿਆਣਾ ਦੇ ਵਿੱਚ ਇੱਕ ਸਬ ਇੰਸਪੈਕਟਰ ਦਾ ਮੋਟਰਸਾਈਕਲ ਦੇਖਦਿਆਂ ਹੀ ਦੇਖਦਿਆਂ ਚੋਰੀ ਕਰ ਲਿਆ ਗਿਆ। ਸਤਲੁਜ ਕਲੱਬ ਦੇ ਬਾਹਰੋਂ ਹੀ ਚੋਰਾਂ ਨੇ ਮੋਟਰਸਾਈਕਲ ਗਾਇਬ ਕਰ ਲਿਆ। ਤਾਂ ਚਾਬੀ ਹੱਥ ਦੇ ਵਿੱਚ ਲੈ ਕੇ ਹੀ ਮੋਟਰਸਾਈਕਲ ਨੂੰ ਭਾਲਦਾ ਹੋਇਆ ਪੁਲਿਸ ਇੰਸਪੈਕਟਰ ਜੋ ਹੈ ਉਹ ਨਜ਼ਰ ਆਇਆ ਔਰ ਤਸਵੀਰ ਦੇਖ ਪਾ ਰਹੇ ਹੂੰ। ਖੁਦ ਹੀ ਥਾਣੇ ਜਾ ਕੇ ਉਹਨਾਂ ਦੇ ਵੱਲੋਂ ਫਿਰ ਮੋਟਰਸਾਈਕਲ ਚੋਰੀ ਹੋਣ ਦੀ ਰਿਪੋਰਟ ਵੀ ਲਿਖੀ ਗਈ। ਐਸੇ ਮੋਟਰਸਾਈਕਲ ਆਇਆ ਸੀ 1226 ਹਾਂਜੀ ਸਵਲੈਂਡਰ ਹਾਂਜੀ ਤੇ ਜੋ ਹੁਣ ਖਤਮ ਹੋਇਆ ਕੰਮ ਹਾਂ ਤੇ ਬਾਰਾ ਮੋਟਰਸ ਹੈ ਨਹੀਂ ਗਾ ਚਾਬੀ ਮੇਰੇ ਅੱਥ ਗਿਆ ਚਾਬੀ ਤੁਹਾਡੇ ਹੱਥ ਚ ਹੈ ਬਾਈ ਜਾਂਦੇ ਕੋਈ ਕੰਪਲੇਟ ਲਗਾਈ ਤੁਸੀਂ ਅਜੇ ਤੱਕ ਕੰਪਲੇਟ ਤੇ ਜਮੈਂ ਜਾਊਂਗਾ ਚੌਂਕੀ ਤਾਂ ਹੀ ਲਗਾਵਾਂਗੇ ਕੰਪਲੇਟ ਵੀ ਤੁਸੀਂ ਆਪੇ ਲਿਖਣੀ ਪਊਗੀ ਆਪ ਲਿਖਣੀ ਆਪ ਲਿਖੂਗੀ ਆਪ ਵੀ ਲਿਖੂਗਾ ਤੁਹਾਡਾ ਹੀ ਮੋਟਰਸ ਚੋਰੀ ਦੀ ਆਪ ਹੀ ਕੰਪਲੇਟ ਲਿਖੋਗੇ ਹਾਂਜੀ ਹਾਂਜੀ ਅਸੀਂ ਕਲੱਬ ਦਾ ਜੋ ਹੈਗਾ ਉਹ ਤੇ ਕਲੱਬ ਦਾ ਤੇ ਚੈੱਕ ਕਰ ਲਾਂਗੇ ਤੇ ਹੋਰ ਵੀ ਤੁਹਾਨੂੰ ਕਹਾਂ ਕੰਪਲੇਟ ਆਈਆਂ ਕੋਈ ਮੋਟਰਸ ਚੋਰੀ ਹੋਣ ਦੀ ਹਾਂਜੀ ਹਾਂਜੀ ਕੈਮਰਾ ਚੈੱਕ ਕਰਨ ਲਈ ਜਾਂਦੀਆਂ ਜੀ ਅਕਸਰ ਆਂਦੀਆਂ ਰਹਿੰਦੀਆਂ